अज असी शकीना दे शहर चंडीगढ़ च हैं। इत्थे शकीन इट पुट्टो नहीं इट दे उत्ते बैठे होंदे ने। वेल टुडे वी आर विद द कूल बॉयज एंड गर्ल्स ऑफ चंडीगढ़ विद अ गैंग ऑफ बाइक्स बेबी। और ये बाइक्स ऐसिया वैसिया नहीं हैं, ये बुलेट ने, रॉयल एनफील्ड जिन्हों के पिंडा दे विच रनर फील्ड भी सद्या जांदा। वेल डिपेंडिंग ऑन योर यूसेज दिस इज़ वन बेबी विच गोज एनीवेयर यू वांट टू गो, स्पेशली ऑन द गेड़ी रूट। ਤੁਹਾਡੇ ਤੋਂ ਪਹਿਲਾਂ ਸਵਾਲ ਇਹ ਕਰਨਾ ਚਾਹੂੰਗਾ ਵੀ ਕਹਿੰਦੇ ਵੀ ਜਪਾਨੀ ਮੋਟਰਸਾਈਕਲ ਆ ਗਏ, ਇੰਨੇ ਸਾਰੇ ਮੋਟਰਸਾਈਕਲ ਆ ਗਏ, ਤੁਸੀਂ ਬੁਲਟ ਕਿਉਂ ਖਰੀਦਿਆ ਯਾਰ? ਗੱਲ ਐ ਜੀ, ਜਿਹੜੀ ਇਹਦੀ ਸਟੋਕ ਆ ਨਾ ਉਹ ਕਿਸੇ ਚੀਜ਼ 'ਚ ਨਹੀਂ ਹੈ। ਹੁਣ ਦੇਖੋ ਥੰਪ ਪੈਣ ਦਾ ਰੇਸ ਦੇਈਦੀ ਆ, ਪਤਾ ਲੱਗਦਾ ਬੰਬੂ ਕਾਟ ਲਈ ਉਹ ਜਾਂਦਾ ਬਾਈ। ਹੁਣ ਤੁਸੀਂ ਲੇਹ ਨੂੰ ਪਾਇਆ ਹੋਵੇ, ਚੌਥਾ ਗੇਅਰ ਹੋਵੇ, 20 ਦੀ ਸਪੀਡ ਹੋਵੇ, ਕੀ ਫਰਕ ਪੈਂਦਾ ਇਹਨੂੰ? ਦੱਬੀ ਚੱਕੋ ਉਹ ਕੀ ਨੇ, ਜਪਾਨੀ ਜਪੂਨੀ ਉਹੀ ਖੜ ਜਾਂਦੇ ਨੇ, ਚੀਕਾਂ ਜਾਂ ਮਾਰੀ ਜਾਂਦੇ ਨੇ। ਵਾਹ ਯਾਰ, ਇਹ ਤਾਂ ਮੰਨਣਾ ਚਾਹੂੰਗਾ ਮੈਂ ਇਸ ਗੱਲ 'ਤੇ। ਭਾਅ ਜੀ ਇਹ ਦੱਸੋ ਵੀ ਬੁਲਟ ਹੀ ਕਿਉਂ? Why a bullet? ਕੁਛ ਨਹੀਂ, ਮੈਨੂੰ ਤਾਂ ਸੋਚਿਆ ਨਹੀਂ, ਹਲੇ ਸੋਚਿਆ ਨਹੀਂ। ਬਸ ਇਹ ਮੇਰਾ ਸ਼ੌਂਕ ਹੈ, ਮੇਰੀ ਗਰਲਫ੍ਰੈਂਡ ਚਾਹੁੰਦੀ ਸੀ। ਨਹੀਂ ਨਹੀਂ, ਮੇਰੇ ਭਰਾ ਦੀ ਗਰਲਫ੍ਰੈਂਡ ਨੇ ਕਿਹਾ ਮੈਂ ਤੇਰੇ ਨਾਲ ਵਿਆਹ ਕਰਾ ਲੂੰਗੀ, ਸਮਥਿੰਗ ਲਾਈਕ ਦੈਟ, ਕੋਈ ਤਾਂ ਬਹਾਨਾ ਹੋਊਗਾ। ਨਹੀਂ ਬਸ ਫਸਟ ਲੁੱਕ 'ਚ ਹੀ ਬਹੁਤ ਵਧੀਆ ਲੱਗਿਆ ਸੀਗਾ। ਸਮਥਿੰਗ ਮੱਚ ਅਬਾਊਟ ਇਟ, ਯੈਸ। ਡੋਲੇ ਛੋਲੇ ਵੀ ਭੱਜ ਤਾਂ ਬਹੁਤ ਹੈਗੇ ਨੇ। ਓਏ ਭਾਜੀ, ਵਾਏ ਬੁਲਟ? ਭਾਜੀ ਇਹ ਹੈਗਾ ਬੰਦਿਆਂ ਦਾ ਮੋਟਰਸਾਈਕਲ, ਅਤੇ ਜਿਹੜਾ ਛੋਟੇ ਮੋਟੇ ਜਿਹੇ ਮੋਟਰਸਾਈਕਲ ਘੁੰਮਦੇ ਆ ਉਹ ਮੁੰਡੇ ਖੁੰਡਿਆਂ ਲਈ ਹੁੰਦੇ ਆ, ਅਤੇ ਆਹ ਆਪਣਾ ਮੋਟਰਸਾਈਕਲ ਆ ਫਿਰ ਬੁਲਟ। ਡਿਫਰੈਂਸ ਬਿਟਵੀਨ ਮੈਨ ਐਂਡ ਬੋਇਜ਼ ਇਜ਼ ਦ ਸਾਈਜ਼ ਆਫ ਦੇਅਰ ਟੋਇਜ਼, ਰਾਈਟ? ਯਾ, ਆਪਾਂ ਇਹਨਾਂ ਨੂੰ ਇਹ ਪੁੱਛਦੇ ਹਾਂ ਵੀ ਵਾਟ ਐਲਸ ਡੂ ਦੇ ਡੂ ਅਪਾਰਟ ਫਰੋਮ ਲਸ਼ਕਾਓ ਦੇਅਰ ਬੁਲਟਸ। ਮੈਮ ਐਸਾ ਕੀ ਕੁਛ ਕਰਦੇ ਹੋ ਤੁਸੀਂ ਐਜ਼ ਅ ਕਲੱਬ? ਵਾਟ ਡੂ ਯੂ ਡੂ? ਵੀ ਪਲਾਨ ਰਾਈਡਸ, ਐਂਡ ਜੋ ਸਿਟੀ ਰਾਈਡਸ ਨੇ ਉਹ ਤਾਂ ਬਹੁਤ ਇੰਨਾ ਨਹੀਂ ਹੈ ਕਿ ਵੀ ਅਸੀਂ ਸਿਟੀ ਰਾਈਡਸ 'ਤੇ ਗੇੜੀ ਮਾਰ ਲਈ ਇੱਦਾਂ ਕਰ ਲਿਆ, ਦੈਟਸ ਦਿਸ ਨਥਿੰਗ ਲਾਈਕ ਦੈਟ। ਇਟਸ ਜਸਟ ਸਾਡੀ ਇੱਕ ਐਨੂਅਲ ਰਾਈਡ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਲੱਦਾਖ ਬੈਕਨਸ। ਜਿਵੇਂ ਇਸ ਸਾਲ ਲੱਦਾਖ ਬੈਕਨ 07 ਹੋਏਗੀ, ਲਾਸਟ ਈਅਰ 06 ਸੀ, 05 ਸੀ, 04 ਸੀ, ਹਰ ਸਾਲ ਅਸੀਂ ਜਾਂਦੇ ਹਾਂ। ਐਂਡ ਇਟ ਇਜ਼ ਅਬਾਊਟ 3-4 ਹਜ਼ਾਰ ਕਿਲੋਮੀਟਰ ਲੰਬੀ ਰਾਈਡ ਹੁੰਦੀ ਹੈ ਸਾਡੀ, ਅਰਾਊਂਡ 15 ਡੇਜ਼ ਲੰਬੀ ਹੁੰਦੀ ਹੈ, ਜੋ ਕਿ ਹੁਣ ਤਕਰੀਬਨ ਕਾਫੀ ਸਨੇ ਹੈਗੇ ਨੇ ਇੱਥੇ ਜਿਹੜੇ ਕਿ ਵੀ ਬਹੁਤ ਜ਼ਿਆਦਾ ਸੀਨੀਓਰਿਟੀ ਪਾ ਚੁੱਕੇ ਨੇ, ਬਿਕੋਜ਼ 3-3, 4-4 ਵਾਰੀ ਉਹ ਰਾਈਡਸ ਕਰ ਚੁੱਕੇ ਨੇ। ਐਂਡ ਦੈਨ ਜਨਵਰੀ ਦੇ ਵਿੱਚ ਸਾਡੀ ਰਾਈਡ ਆਉਂਦੀ ਹੈ ਇੰਡੀਆ ਟੂਰ, ਜਰਨਲੀ ਹਰ ਸਾਲ ਤਕਰੀਬਨ ਹੁੰਦਾ ਹੀ ਹੈ, ਕਦੀ ਗੋਆ ਤੱਕ ਜਾਏ ਜਾਂ ਪੂਰਾ ਇੰਡੀਆ। ਲਾਸਟ ਈਅਰ ਅਸੀਂ ਟਿਲ ਕੰਨਿਆਕੁਮਾਰੀ ਗਏ ਸੀਗੇ, ਐਂਡ ਦੈਟ ਵਾਸ ਅਰਾਊਂਡ 9000 ਕਿਲੋਮੀਟਰਸ ਦੈਟ ਵੀ ਕਵਰਡ ਔਨ ਬੁਲਟਸ। ਐਨੀਥਿੰਗ ਵਾਈਲਡ ਦੈਟ ਹੈਪਨਡ ਔਨ ਅ ਟ੍ਰਿਪ, ਐਨੀ ਟ੍ਰਿਪ ਦੈਟ ਯੂ ਵੈਂਟ ਟੂ, ਕੋਈ ਐਸਾ ਕੋਈ ਭਾਣਾ ਵਰਤਿਆ ਹੋਵੇ? ਇੱਦਾਂ ਜੀ, ਇੱਕ 96-97 ਦੇ ਵਿੱਚ ਸੀਗਾ ਭਾਣਾ ਜਿਹੜਾ ਸਾਡੇ 'ਤੇ ਵਰਤਿਆ ਸੀ। ਲੇਹ ਚੱਲੇ ਸੀਗੇ ਰਸਤੇ 'ਚ, ਇੱਕ ਸਾਡਾ ਡਾਇਲੋਗ ਹੋ ਗਿਆ ਸੀਗਾ ਵੀ ਅੱਜ ਜਾ ਕੇ ਲੇਹ ਵੱਜਣਾ ਹੀ ਵੱਜਣਾ। ਉਹ ਇੱਦਾਂ ਹੁੰਦਾ ਸੀ ਰਸਤੇ 'ਚ ਕਿਤੇ ਵੱਜ ਵੱਜ ਜਾਂਦੇ ਸੀਗੇ। ਇਹ ਹਾਲ ਹੋ ਗਏ ਕਿ ਰੇਹ ਦਾ ਰਸਤਾ ਮਨਾਲੀ ਤੋਂ 3 ਦਿਨ ਦਾ, ਅਸੀਂ 6 ਦਿਨ ਹੋ ਗਏ ਲੇਹ ਨਹੀਂ ਪਹੁੰਚ ਪਾਏ। ਉਹ ਕਦੇ ਤਾਂ ਐਕਸੀਡੈਂਟ ਹੋ ਗਿਆ, ਮੋਟਰਸਾਈਕਲ ਤੋਂ ਡਿੱਗ ਗਿਆ, ਸਨੋਹ ਤੋਂ ਸਲਿੱਪ ਕਰ ਗਿਆ, ਕਦੇ ਗੇਅਰ ਦੀ ਰੋਡ ਟੁੱਟ ਗਈ ਅਤੇ ਸੱਟਾਂ ਸੁੱਟਾਂ ਲੱਗੀਆਂ ਮੁੰਡਿਆਂ 'ਤੇ। ਉਹ ਇੱਕ ਜਗ੍ਹਾ ਇਹੋ ਜਿਹਾ ਪੁਆਇੰਟ ਆਇਆ ਕਿ ਮੋਟਰਸਾਈਕਲ ਲੇਹ ਤਾਂ ਪਹੁੰਚੇ ਨਹੀਂ ਸੀ, ਟਰੱਕ 'ਚ ਰੱਖ ਕੇ ਵਾਪਸ ਮਨਾਲੀ ਆਏ। ਤਾਂ ਉਹ ਰਾਈਡ ਹਜੇ ਤੱਕ ਯਾਦ ਆ ਵੀ ਵੱਜਦੇ ਹੀ ਰਹੇ ਹਾਂ ਅਤੇ ਵੱਜੀ ਹੋਈ ਆ, ਮਨਾਲੀ ਨਹੀਂ ਵੱਜ ਚੱਕੇ ਸੋਹਣਿਆ। ਅੱਛਾ ਹੁਣ ਆਪਾਂ ਲੈਟਸ ਗੋ ਸ਼ੋ ਯੂ ਵਾਟ ਦੀਸ ਬਾਈਕਸ ਆਰ ਆਲ ਅਬਾਊਟ, ਯੂ ਨੀਡ ਟੂ ਚੈੱਕ ਅਮ ਆਊਟ। Everything is not just riding, but it is riding the right way with the right gear. I hope so. Yeah? Yes? Yeah. No? Maybe? Yeah. ਭਾਜੀ ਪੂਰਾ ਆਪਣਾ ਟ੍ਰੈਫਿਕ ਦੇ ਰੂਲਸ ਮੰਨਣੇ ਚਾਹੀਦੇ ਆ, ਕਿਉਂਕਿ ਜੇ ਤੁਹਾਨੂੰ ਇੱਕ ਬੰਦੇ ਨੂੰ ਰਸਤੇ 'ਚ ਪ੍ਰੋਬਲਮ ਆ ਗਈ, ਪੁਲਿਸ ਨੇ ਰੋਕ ਲਿਆ, ਸਾਰੀ ਕਲੱਬ ਦੀ ਰਾਈਡ ਖਰਾਬ ਹੁੰਦੀ ਹੈ। ਇਸ ਕਰਕੇ ਆਪਦੇ ਪੂਰੇ ਪੇਪਰ ਕੰਪਲੀਟ ਰੱਖੋ, ਪੂਰਾ ਰਾਈਡਿੰਗ ਪ੍ਰੋਪਰ ਗੇਅਰ ਪਾਓ, ਆਪਦੇ ਨਾਲ ਸਾਰਾ ਆਪਦਾ ਸਮਾਨ ਲੈ ਕੇ ਚੱਲੋ, ਕਿਉਂਕਿ ਜੇ ਰਸਤੇ ਦੇ ਵਿੱਚ ਤੁਹਾਡਾ ਮੋਟਰਸਾਈਕਲ ਪੈਂਚਰ ਹੋ ਗਿਆ ਇੱਕ ਬੰਦੇ ਕਰਕੇ ਸਾਰੇ ਖਰਾਬ ਹੁੰਦੇ ਆ। ਇਸ ਕਰਕੇ ਆਪਦੇ ਪੂਰੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਮੰਨਣਾ ਚਾਹੀਦਾ, ਤਾਂ ਕਿ ਇੱਕ ਬੰਦੇ ਕਰਕੇ ਬਾਕੀ ਸਾਰਿਆਂ ਦਾ ਟੂਰ ਖਰਾਬ ਨਾ ਹੋਵੇ। ਲੈਟਸ ਸ਼ੋ ਯੂ ਵਾਟ ਦੀਸ ਬਾਈਕਸ ਆਰ ਆਲ ਅਬਾਊਟ, ਕਮ ਆਨ ਲੈਟਸ ਡੂ ਦੈਟ।